ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਤੁਹਾਨੂੰ ਲੈ ਚੱਲਦੇ ਜੀ ਪਿੰਡ ਡੋਡ ਵਿੱਚ, ਜਿੱਥੇ ਇੱਕ ਬਹੁਤ ਹੀ ਸੋਹਣਾ ਪਿੰਡ ਦੇ ਸਮੂਹ ਕਲੱਬਾਂ ਵੱਲੋਂ, ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ, ਸਾਰੇ ਪਿੰਡ ਦੇ ਸੰਯੋਗ ਦੇ ਨਾਲ, ਸਮੂਹ ਪੰਚਾਇਤ ਦੇ ਸੰਯੋਗ ਦੇ ਨਾਲ, ਸਾਡੇ ਸਤਿਕਾਰਯੋਗ ਪ੍ਰਸ਼ਾਸਨ ਦੇ ਸੰਯੋਗ ਦੇ ਨਾਲ ਇੱਕ ਬਹੁਤ ਸੋਹਣਾ ਉਪਰਾਲਾ ਵੀਰਾਂ ਨੇ, ਮਹਾਂਮਾਰੀ ਜੋ ਚੱਲ ਰਹੀ ਆ ਕਰੋਨਾ ਵਾਇਰਸ ਦੀ ਆਪਾਂ ਨੂੰ ਪਤਾ, ਉਹਦੇ ਬਚਾਅ ਦੀ ਖਾਤਰ ਇੱਕ ਅਹਿਮ ਫੈਸਲਾ ਲਿਆ, ਜਿਹੜਾ ਠੀਕਰੀ ਪਹਿਰਾ ਉਹ ਚਾਲੂ ਕੀਤਾ ਗਿਆ ਜੀ। ਸੋ ਜਿਹੜੇ ਵੀ ਡੋਡ ਪਿੰਡ ਵਿੱਚ ਆਸੇ ਪਾਸੇ ਤੋਂ ਰਾਹ ਆਉਂਦੇ ਆ ਜੀ, ਐਂਟਰੀ ਹੁੰਦੀ ਆ ਸਾਰੇ ਰਾਹਾਂ 'ਤੇ, ਲਗਭਗ 5-6 ਰਾਹ ਬਣਦੇ ਆ, ਉੱਥੇ ਜਿਹੜਾ ਇਹ ਠੀਕਰੀ ਪਹਿਰਾ ਉਹ ਅੱਡੋ ਅੱਡੀ ਡਿਊਟੀਆਂ ਲਾਈਆਂ ਗਈਆਂ ਸ਼ਿਫਟਾਂ ਵੰਡ ਕੇ। ਸੋ ਬਹੁਤ ਬਹੁਤ ਧੰਨਵਾਦ ਜੀ ਸਮੂਹ ਵੀਰਾਂ ਦਾ। ਹਾਂਜੀ ਵੀਰੋ, ਸੋ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਜੀ ਸਾਡੇ ਪ੍ਰਸ਼ਾਸਨ ਦਾ, ਜਿਹਨਾਂ ਸਾਨੂੰ ਹਰੇਕ ਵਾਰੀ ਬਹੁਤ ਸਹਿਯੋਗ ਦੇ ਰਹੇ ਆ, ਆਓ ਤੁਹਾਨੂੰ ਆਪਾਂ ਉਹਨਾਂ ਨਾਲ ਵੀ ਮਿਲਵਾਉਂਦੇ ਹਾਂ। ਸਤਿ ਸ਼੍ਰੀ ਅਕਾਲ ਸਰ ਜੀ। ਇਹ ਜਿਹੜਾ ਜੀ ਅੱਜ ਚਾਲੂ ਕੀਤਾ ਜੀ, ਇਹਦੇ ਬਾਰੇ 2 ਸ਼ਬਦ ਸਾਨੂੰ ਦੱਸੋ ਜੀ, ਵੀ ਇਹ ਪਿੰਡ ਕਾਫੀ ਪਿੰਡਾਂ 'ਚ ਹੋ ਚੁੱਕਿਆ, ਅੱਜ ਸਾਡੇ ਪਿੰਡ ਵੀ ਤੁਸੀਂ ਬਹੁਤ ਵਧੀਆ ਜਿਹੜੇ ਵੀਰਾਂ ਨਾਲ ਮਿਲ ਕੇ ਇਹ ਕੀਤਾ ਜੀ, ਅਤੇ ਅੱਗੇ ਦੱਸੋ ਜੀ ਵੀ ਹੋਰ ਕਿਹੜੇ ਕਿਹੜੇ ਪਿੰਡਾਂ 'ਚ ਕਿਵੇਂ ਹੋ ਰਿਹਾ ਜੀ, ਇਹਦਾ ਕੀ ਜਿਹੜੀਆਂ ਆਪਾਂ ਇੱਥੋਂ ਰਾਹਗੀਰੀਆਂ ਨੂੰ ਨਾਂਘਾ ਦੇਣਾ ਜਾਂ ਕਿਵੇਂ ਇਹਦਾ ਰੱਖਣਾ ਜੀ। ਇਹਦੇ ਵਿੱਚ ਜੀ ਸਾਰੇ ਪਿੰਡਾਂ ਦੇ ਵਿੱਚ ਲਗਭਗ ਇਹ ਪ੍ਰੋਸੈਸ ਚੱਲ ਰਿਹਾ ਹੈਗਾ, ਜਿਨ੍ਹਾਂ ਦੇ ਵਿੱਚ ਆਪਾਂ ਅੱਜ ਮੀਟਿੰਗਾਂ ਕੀਤੀਆਂ ਗਈਆਂ ਸੀ, ਪੰਚਾਇਤ ਪਲੱਸ ਜਿਹੜੇ ਕਲੱਬ ਮੈਂਬਰ ਜੇ ਹੈਗੇ ਆ ਉਹਨਾਂ ਦੇ ਨਾਲ ਸਾਰੇ ਪਿੰਡਾਂ ਦੇ ਵਧੀਆ ਪੰਚਾਇਤ ਅਤੇ ਕਲੱਬ ਦੇ ਮੈਂਬਰਾਂ ਨੇ ਵਧੀਆ ਸਹਿਯੋਗ ਦਿੱਤਾ, ਜਿਹੜੇ ਇਹ ਸ਼ੁਰੂ ਕਰਨ ਜਾ ਰਹੇ ਆ ਸਾਰੇ, ਜਿਹਨੂੰ ਆਪਾਂ ਠੀਕਰੀ ਪਹਿਰੇ ਦਾ ਨਾਮ ਦੇ ਕੇ ਚਲਾ ਰਹੇ ਹਾਂ। ਅਤੇ ਇਹਦੇ ਵਿੱਚ ਕੀ ਹੈ ਵੀ ਜਿਹੜਾ ਠੀਕਰੀ ਪਹਿਰਾ ਜਿਵੇਂ ਅੱਜ ਆਪਾਂ ਪਿੰਡ ਡੋਡ ਤੋਂ ਸ਼ੁਰੂ ਕਰ ਰਹੇ ਹਾਂ, ਇਹਦੇ ਵਿੱਚ ਪੰਚਾਇਤ ਨੇ ਅਤੇ ਕਲੱਬ ਮੈਂਬਰਾਂ ਨੇ, ਸਤਿਕਾਰ ਕਮੇਟੀ ਨੇ ਇਹਦੇ ਵਿੱਚ ਬੜਾ ਹੀ ਇੱਕ ਬੈਠ ਕੇ ਸਾਂਝਾ ਫੈਸਲਾ ਕਰਕੇ ਜਿਹੜੇ ਵੀ ਇਸ ਪਿੰਡ ਨੂੰ ਆਉਣ ਵਾਲੇ ਰਸਤੇ ਹੈਗੇ ਆ ਉਹਨਾਂ ਸਾਰੇ ਰਸਤਿਆਂ 'ਤੇ ਇਹਨੂੰ ਜਿਹੜਾ ਹੈਗਾ ਬੰਦ ਕੀਤਾ ਗਿਆ। ਪਿੰਡ ਬਾਹਰੋਂ ਆਉਣ ਵਾਲਾ ਕੋਈ ਵੀ ਬੰਦਾ ਇਸ ਪਿੰਡ ਦੇ ਵਿੱਚ ਐਂਟਰ ਕਰੇਗਾ ਤਾਂ ਉਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਵੀ ਕੀ ਉਹ ਜ਼ਰੂਰੀ ਕੰਮ ਲਈ ਆਇਆ ਤਾਂ ਉਹਨੂੰ ਐਂਟਰ ਹੋਣ ਦਿੱਤਾ ਜਾਊਗਾ, ਉਹਦੇ ਨਾਲ ਪੂਰੀ ਉਹ ਵੀ ਜਿਹੜਾ ਹੈਗਾ ਧਿਆਨ ਰੱਖਿਆ ਜਾਊਗਾ। ਇਹਦੇ ਨਾਲ ਨਾਲ ਜਿਹੜਾ ਹੈਗਾ ਅੱਜ ਇਹਨਾਂ ਨੇ ਪਿੰਡ ਦੇ ਵਿੱਚ ਦਵਾਈ ਦਾ ਵੀ ਛਿੜਕਾਓ ਕੀਤਾ ਅਤੇ ਪਿੰਡ ਨੂੰ ਵੀ ਮੋਟੀਵੇਟ ਕਰ ਰਹੇ ਆ ਸਾਡੇ ਲੋਕਾਂ ਨੂੰ ਵੀ ਘਰੋਂ ਬਾਹਰ ਨਹੀਂ ਨਿਕਲਣਾ ਇਸ ਬਿਮਾਰੀ ਤੋਂ ਬਚਣ ਦੇ ਲਈ, ਆਪਣਾ ਬਚਾਓ ਕਰੋ ਅਤੇ ਆਪਣੇ ਪਰਿਵਾਰਾਂ ਦਾ ਬਚਾਓ ਕਰੋ ਅਤੇ ਸਾਡੇ ਸਮਾਜ ਦਾ ਬਚਾਓ ਕਰੋ ਜੀ ਸਰ। ਸੋ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਪਿੰਡ ਦੀ ਖਾਤਰ ਇੰਨਾ ਵੱਡਾ ਟਾਈਮ 'ਚੋਂ ਟਾਈਮ ਕੱਢ ਕੇ ਐਡੇ ਵੱਡੇ ਉਪਰਾਲੇ ਦਾ ਜਿਹੜਾ ਇਹ ਸਾਥ ਦਿੱਤਾ ਪਿੰਡ ਨੂੰ ਬਚਾਉਣ ਦੀ ਖਾਤਰ। ਥਾਂ ਥਾਂ 'ਤੇ ਜਿਹੜੇ ਇਹ ਸੜਕਾਂ ਉਹ ਸੀਲ ਕੀਤੀਆਂ ਗਈਆਂ, ਆਪਾਂ ਵੇਖਦੇ ਹਾਂ ਕਾਫੀ ਪਿੰਡਾਂ 'ਚ ਜਿਹੜਾ ਇਹ ਠੀਕਰੀ ਪਹਿਰਾ ਉਹ ਸ਼ੁਰੂ ਹੋ ਚੁੱਕਿਆ। ਸੋ ਜਿਹੜੇ ਪਿੰਡ ਰਹਿ ਗਏ ਬਾਕੀ ਉਹਨਾਂ ਦੇ ਵੀ ਹੌਲੀ ਹੌਲੀ ਇਹ ਆਪਾਂ ਨੂੰ ਕਰਨਾ ਹੀ ਪੈਣਾ, ਕਿਉਂਕਿ ਭਿਆਨਕ ਬਿਮਾਰੀ ਆ, ਮਹਾਂਵਾਰੀ ਬਿਮਾਰੀ ਆ, ਇਹ ਜਿੰਨਾ ਆਪਾਂ ਸਾਵਧਾਨੀਆਂ ਵਰਤਾਂਗੇ ਓਨੀਆਂ ਹੀ ਆਪਾਂ ਇਹ ਜਿਹੜੇ ਇਸ ਨੂੰ ਭਜਾਉਣ ਦੇ ਵਿੱਚ, ਬਿਮਾਰੀ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਸਕਦੇ ਹਾਂ। ਸੋ ਸਮੂਹ ਸੰਗਤ ਦਾ, ਸਮੂਹ ਕਲੱਬ ਦਾ, ਸਮੂਹ ਡੋਡ ਪਿੰਡ ਦੀ ਸੰਗਤ ਦਾ ਧੰਨਵਾਦ ਜੀ।